ਦੇਖੋ ਜੋ NSA ਦਾ ਤਾਂ ਇਹਨਾਂ ਨੇ ਨਵੇਂ ਗਰਾਊਂਡ ਲਾਏ ਨੇ ਵੀ ਦੇਖੋ ਬੜੇ ਵੀਕ ਜਿਹੇ ਗਰਾਊਂਡ ਨੇ, ਕੋਈ ਬੇਤੁਕੇ ਨੇ ਬਿਲਕੁਲ ਸਿਰੇ ਤੋਂ, ਮੈਂ ਖਾਰਜ ਕਰਦਾ ਉਹਨਾਂ ਗਰਾਊਂਡਸ ਨੂੰ। ਦੇਖੋ ਕਿਸੇ ਨੇ ਕੋਈ ਸੋਸ਼ਲ ਮੀਡੀਆ 'ਤੇ ਕੋਈ ਸ਼ੇਅਰ ਕਰ ਦਿੱਤਾ, ਉਹ ਇਹਨਾਂ ਦੇ ਖਾਤੇ ਪਾ ਦਿੱਤਾ। ਕਿਸੇ ਦਾ ਪਰਿਵਾਰ ਕਿਸੇ ਧਰਨੇ ਚਲਾ ਗਿਆ, ਉਹ ਵੀ ਇਹਨਾਂ 'ਤੇ ਪਾ ਦਿੱਤਾ। ਜਿਹੜਾ ਬੰਦਾ ਕੋਈ ਜੁਰਮ ਕਰਦਾ ਉਹ ਬੰਦਾ ਰਿਸਪੋਂਸੀਬਲ ਹੁੰਦਾ। ਹੁਣ ਜੇ ਕੋਈ ਕੋਈ ਫਲਾਣਾ ਬੰਦਾ ਬਾਹਰ ਬੈਠਾ ਕੁਛ ਬੋਲ ਰਿਹਾ ਤਾਂ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦਾ ਕੀ ਰੋਲ ਹੈ? ਸਤਿ ਸ਼੍ਰੀ ਅਕਾਲ। ਜਿਵੇਂ ਹੁਣ ਲਗਾਤਾਰ ਤੁਸੀਂ ਦੇਖਿਆ ਵੀ ਜਿਹੜੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਅਤੇ NSA ਜਿਨ੍ਹਾਂ 'ਤੇ ਲੱਗੀ ਹੋਈ ਹੈ ਅਤੇ ਉਹਨਾਂ ਦੇ ਵੱਲੋਂ ਹੁਣ ਜਿਹੜੀਆਂ ਪਟੀਸ਼ਨਸ ਨੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਦੁਬਾਰੇ 'ਤੇ ਦਾਇਰ ਕੀਤੀਆਂ ਗਈਆਂ ਨੇਗੀਆਂ ਅਤੇ 18 ਤਰੀਕ ਨੂੰ ਹੁਣ ਸੁਣਵਾਈ ਹੋਣੀ ਆ, ਪਰ ਇਸ ਵਾਰ ਗੱਲ ਇਹ ਹੈ ਵੀ ਗਰਾਊਂਡ ਕੀ ਬਣਾਏ ਗਏ ਨੇ। ਮਹਿਮਾਨ ਖਹਿਰਾ ਨੇ ਸਾਡੇ ਨਾਲ, ਖਹਿਰਾ ਸਾਹਿਬ ਦੇਖੀਏ ਕੀ ਇਹਦੇ ਗਰਾਊਂਡ ਬਣਾਇਆ ਤੁਸੀਂ, ਕਿਉਂਕਿ ਸਾਰਿਆਂ ਦੀ ਅਲੱਗ ਅਲੱਗ ਪਟੀਸ਼ਨਾਂ ਨੇ ਜਿਹੜੀਆਂ ਦੁਬਾਰਾ ਤੋਂ ਦਾਇਰ ਹੋ ਰਹੀਆਂ ਨੇ ਵੀ ਇੱਕ ਸਾਲ ਖਤਮ ਹੋ ਗਿਆ ਜੀ ਦੁਬਾਰੇ ਦੇ ਵਾਸਤੇ, ਹੁਣ ਕੋਈ ਫਰੈਸ਼ ਗਰਾਊਂਡ ਨੇ ਜਾਂ ਉਹੀ ਨੇ ਜਿਹੜੇ ਪਿਛਲੇ ਸਾਲ? ਦੇਖੋ ਜੋ NSA ਦਾ ਤਾਂ ਇਹਨਾਂ ਨੇ ਨਵੇਂ ਗਰਾਊਂਡ ਲਾਏ ਨੇ ਵੀ ਦੇਖੋ ਬੜੇ ਵੀਕ ਜਿਹੇ ਗਰਾਊਂਡ ਨੇ, ਕੋਈ ਬੇਤੁਕੇ ਨੇ ਬਿਲਕੁਲ ਸਿਰੇ ਤੋਂ, ਮੈਂ ਖਾਰਜ ਕਰਦਾ ਉਹਨਾਂ ਗਰਾਊਂਡਸ ਨੂੰ। ਦੇਖੋ ਕਿਸੇ ਨੇ ਕੋਈ ਸੋਸ਼ਲ ਮੀਡੀਆ 'ਤੇ ਕੋਈ ਸ਼ੇਅਰ ਕਰ ਦਿੱਤਾ, ਉਹ ਇਹਨਾਂ ਦੇ ਖਾਤੇ ਪਾ ਦਿੱਤਾ। ਕਿਸੇ ਨੇ ਕਿਸੇ ਪਿੰਡ ਦੇ ਵਿੱਚ ਸਮਾਗਮ ਹੋ ਰਿਹਾ ਉਸ 'ਤੇ ਕੁਛ ਪਾ ਦਿੱਤਾ, ਇਹਨਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਖਾਤੇ 'ਚ ਪਾ ਦਿੱਤਾ। ਕਿਸੇ ਦਾ ਪਰਿਵਾਰ ਕਿਸੇ ਧਰਨੇ ਚਲਾ ਗਿਆ ਉਹ ਵੀ ਇਹਨਾਂ 'ਤੇ ਪਾ ਦਿੱਤਾ। ਦੇਖੋ ਇਹ ਕਾਨੂੰਨ ਦੀ ਨਾ ਬਿਲਕੁਲ ਸਿੱਧੀ ਜਿਹੀ ਗੱਲ ਹੁੰਦੀ ਹੈ, ਜਿਹੜਾ ਬੰਦਾ ਕੋਈ ਜੁਰਮ ਕਰਦਾ ਉਹ ਬੰਦਾ ਰਿਸਪੋਂਸੀਬਲ ਹੁੰਦਾ। ਹੁਣ ਜੇ ਕੋਈ ਕੋਈ ਫਲਾਣਾ ਬੰਦਾ ਬਾਹਰ ਬੈਠਾ ਕੁਛ ਬੋਲ ਰਿਹਾ ਤਾਂ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦਾ ਕੀ ਰੋਲ ਹੈ? ਤਾਂ ਦੇਖੋ ਜੋ ਅਸੀਂ ਪਲੀ ਲਈ ਹੈ ਚੀਫ ਜਸਟਿਸ ਸਾਹਿਬ ਸਾਹਮਣੇ ਕੇਸ ਸੀ, ਅਸੀਂ ਕਿਹਾ ਸੀ ਵੀ ਇਸ ਵਿੱਚ ਪ੍ਰੋਸੀਜਰਲ ਜੋ ਆਸਪੈਕਟਸ ਨੇ NSA ਦੇ ਉਹ ਵਾਇਲੇਟਿਡ ਨੇ, ਜੋ ਪ੍ਰੋਸੀਜਰ ਗਲਤ ਫੋਲੋ ਕੀਤਾ ਇਹਨਾਂ ਨੇ। ਬਾਕੀ ਗੱਲ ਹੈ ਜਿਹੜੇ ਗਰਾਊਂਡਸ ਨੇ ਉਹ ਵੀ ਬੇਤੁਕੇ ਨੇ, ਐਕਸਟੈਨੂਅਸ ਨੇ, ਵੇਗ ਨੇ, ਤਾਂ ਇਹ ਸਾਡੀ ਜੋ ਫਰਿਆਦ ਹੈ ਜੱਜ ਸਾਹਿਬ ਸਾਹਮਣੇ, ਅਤੇ ਸਾਨੂੰ ਉਮੀਦ ਹੈ ਵੀ ਸਾਨੂੰ ਇਨਸਾਫ ਮਿਲੇਗਾ, ਅਤੇ ਜੋ 18 ਸਤੰਬਰ ਨੂੰ ਹੈ ਜੋ ਇਸ ਕੇਸ ਦੀ ਅਗਲੀ ਤਰੀਕ ਤੈਅ ਕਰ ਦਿੱਤੀ ਗਈ ਹੈ ਜੀ। ਪਰ ਇਹਦੇ 'ਚ ਦੇਖਿਆ ਜਾਵੇ ਖਾਰਾ ਸਾਹਿਬ, ਜਿਹੜੀਆਂ ਹੁਣ ਪਟੀਸ਼ਨਸ ਲੱਗੀਆਂ ਨੇ ਦਲਜੀਤ ਕਲਸੀ ਹੋਲਾਂ ਦੀ, ਜਦੋਂ ਪਟੀਸ਼ਨ ਦੇਖਦੇ ਹਾਂ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਅੱਡ ਕਰਿਆ ਅੰਮ੍ਰਿਤਪਾਲ ਤੋਂ, ਹਾਲਾਂਕਿ ਸ਼ੁਰੂਆਤੀ ਦੌਰ 'ਚ ਵਿੱਚ ਇਹ ਸੀਗਾ ਵੀ ਉਹ ਖਾਸ ਸਾਥੀਆਂ ਦੇ ਵਿੱਚੋਂ ਉਹਨਾਂ ਦੇ ਸੀਗੇ, ਪਰ ਉਹ ਹੁਣ ਕਹਿੰਦੇ ਨੇ ਵੀ ਅੰਮ੍ਰਿਤਪਾਲ ਦੇ ਨਾਲ ਜੋੜਨਾ ਇੱਕ ਗਲਤ ਫਹਿਮੀ ਆ, ਜਿਹੜੀ ਸੈਪਰੇਟ ਦੀ ਸਾਡੀ ਡਿਮਾਂਡ ਸੀ, ਮੇਰੀ ਉਹੋ ਜਿਹੀ ਕੋਈ ਡਿਮਾਂਡ ਨਹੀਂ ਹੈਗੀ। ਇਹ ਲੱਗਦਾ ਨਹੀਂ ਵੀ ਗਰਾਊਂਡ ਤੋਂ ਜਾਂ ਅੰਮ੍ਰਿਤਪਾਲ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਬਾਕੀਆਂ ਨੇ? ਨਹੀਂ ਦੇਖੋ ਇਹ ਤਾਂ ਜੋ ਵੈਸੇ ਸਰਦਾਰ ਦਲਜੀਤ ਸਿੰਘ ਕਲਸੀ ਜਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ, ਹੈ ਨਾ ਜੀ, ਜਾਂ ਜੋ ਉਹਨਾਂ ਦੇ ਵਕੀਲ ਸਾਹਿਬਾਨ ਨੇ, ਉਹੀ ਇਸ ਚੀਜ਼ ਬਾਰੇ ਜੋ ਸਪਸ਼ਟੀਕਰਨ ਦੇ ਸਕਦੇ ਨੇ, ਹੈ ਨਾ ਜੀ। ਬਾਕੀ ਜਿੰਨੀ ਕੁ ਮੇਰੀ ਨੌਲੇਜ ਹੈ, ਮੈਂ ਜੇਲ੍ਹ 'ਚ ਜਾਂਦਾ ਹੁੰਦਾ, ਸਾਰਿਆਂ ਦੇ ਵਿੱਚ ਇਤਫਾਕ ਪੂਰਾ, ਸਾਰ ਭਾਈਚਾਰਕ ਸਾਂਝ ਹੈ। ਜਿਹੜੇ 10 ਬੰਦੇ ਨੇ ਅੰਦਰ ਜੋ ਆਗੂ ਨੇ ਦੱਸੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ, ਉਹਨਾਂ ਦੀਆਂ ਮੈਂ ਕਹੂੰਗਾ ਇੱਕ ਜਿੰਦ, ਇੱਕ ਜਾਨ, ਇੱਕ ਰੂਹ ਨੇ ਸਾਰੇ, ਕੋਈ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਤਾਂ ਮੈਂ ਸਮਝਦਾ ਇਹੋ ਜਿਹੀ ਕੋਈ ਸ਼ੰਕਾ ਵੀ ਮਨ 'ਚ ਰੱਖਣੀ ਬੇਬੁਨਿਆਦੀ ਹੈ। ਨਹੀਂ, ਮੇਰੇ ਪੁੱਛਦਾ ਭਾਵੇਂ ਸੀ ਵੀ ਜਿਹੜੀ ਬੁਕਣ ਵਾਲਾਂ ਦੀ ਤੁਸੀਂ ਪਟੀਸ਼ਨ ਲਾਈ ਹੈ, ਵੀ ਉਹਨਾਂ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਹੈਗਾ ਜਾਂ ਕੋਈ ਹੈਗਾ ਵੀ ਜਿਹੜੀ NSA ਨੂੰ, ਕਿਉਂਕਿ ਪੁਲਿਸ ਨੇ ਉਸ ਸਮੇਂ ਦੇ ਦੌਰਾਨ ਇਹ ਸੀ ਵੀ ਜਿੱਥੇ ਜਿੱਥੇ ਅੰਮ੍ਰਿਤਪਾਲ ਦਾ ਦਾਇਰਾ ਸੀਗਾ ਉਹਨਾਂ ਸਾਰੇ ਲੋਕਾਂ ਨੂੰ, ਜਿਵੇਂ ਤੁਸੀਂ ਵੀ ਕਿਹਾ ਵੀ ਉਹਨਾਂ ਦੀ ਕਿਸੇ ਨੇ ਪੋਸਟ ਸ਼ੇਅਰ ਕਰਤੀ ਤਾਂ ਉਹਨਾਂ 'ਤੇ ਵੀ NSA ਲੱਗ ਗਈ, ਤਾਂ ਉਹਨਾਂ ਸਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਗਰਾਊਂਡ ਅੰਮ੍ਰਿਤਪਾਲ ਨੇ ਗਏ, ਉਸ ਤੋਂ ਬਾਅਦ ਦੇ ਵਿੱਚ ਬਾਕੀ ਲੋਕ ਨੇ ਜਿਹੜੇ ਕਲੱਬ ਹੋਏ। ਨਹੀਂ, ਉਹ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਚਾਹੇ ਮੈਂ ਵੀ ਕੋਈ ਪੋਸਟ ਸ਼ੇਅਰ ਕਰਤੀ, ਉਸ ਦਾ ਗਰਾਊਂਡ ਭਾਈ ਅੰਮ੍ਰਿਤਪਾਲ ਸਿੰਘ ਦੀ ਡਿਟੈਂਸ਼ਨ ਬਣਾ ਦਿੱਤੀ, ਹੈ ਨਾ ਜੀ, ਤਾਂ ਐਂ ਕਰਕੇ ਉਹਨਾਂ ਨੇ ਬਣਾਈ ਗਈ ਹੈ। ਬਾਕੀ ਦੇਖੋ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਵੀ ਬਾਈ ਦੀਪ ਸਿੱਧੂ ਦੇ ਬੜੇ ਹੀ ਨਿਹਾਇਤੀ ਕਰੀਬ ਸਾਥੀ ਰਹੇ ਨੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੀ ਕਰੀਬੀ ਨੇ, ਹੈ ਨਾ ਜੀ। ਤਾਂ ਮੈਂ ਸਮਝਦਾ ਵੀ ਉਹ ਕੋਈ ਵੀ ਇਹੋ ਜਿਹੇ ਆਪਸ ਦੇ ਵਿੱਚ ਇਤਫਾਕ ਨਾ ਹੋਣ ਵਾਲਾ, ਤਾਂ ਦੇਖੋ ਜਿਹੜੀ ਰਿਟ ਪਟੀਸ਼ਨ ਉਹਨਾਂ ਦੇ ਵਕੀਲ ਸਾਹਿਬਾਨਾਂ ਨੇ ਤਿਆਰ ਕੀਤੀ ਹੈ ਨਾ ਜੀ, ਉਹਨਾਂ ਦੀ ਇੰਸਟਰਕਸ਼ਨਸ ਦੇ ਅੰਡਰ ਹੀ ਕੀਤੀ ਹੋਣੀ ਹੈ, ਪਰ ਇਸ 'ਤੇ ਮੇਰੇ ਹਿਸਾਬ ਨਾਲ ਕੋਈ ਵਿਵਾਦ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਮੈਂ ਇਸ ਚੀਜ਼ ਦੀ ਪੁਸ਼ਟੀ ਕਰਦਾ, ਮੈਂ ਇਸ ਚੀਜ਼ ਦਾ ਗਵਾਹ ਹਾਂ ਮੌਕੇ ਦਾ, ਜਦੋਂ ਮੈਂ ਜੇਲ੍ਹ 'ਚ ਮਿਲ ਜਾਂਦਾ ਦਸਾਂ ਨੂੰ ਤਾਂ ਉਹ ਆਪਸ 'ਚ ਇਤਫਾਕ ਪੂਰਾ ਹੁੰਦਾ, ਪ੍ਰੇਮ ਪਿਆਰ ਹੈ, ਸਤਿਕਾਰ ਹੈ, ਅਤੇ ਅਜਿਹੀ ਕੋਈ ਗੱਲ ਨਹੀਂ ਜੀ।
ਚਲੋ ਖੈਰ ਹੁਣ 18 ਤਰੀਕ ਨੂੰ ਸੁਣਵਾਈ ਹੋਣੀ ਹੈ ਕਿਉਂਕਿ ਸਾਰੇ ਮਾਮਲੇ ਸੁਣੇ ਜਾਣੇ ਨੇਗੇ ਇਹ, ਅਤੇ ਸਿੱਧੀ ਗੱਲ ਹੈ ਕਿ ਵਕੀਲਾਂ ਦੇ ਵੱਲੋਂ ਇਸ ਚੀਜ਼ ਨੂੰ ਟੋਟਲੀ ਤੌਰ 'ਤੇ ਜਿਹੜਾ ਗਰਾਊਂਡ ਨੂੰ ਨਕਾਰਿਆ ਗਿਆ ਕਿ ਜਿਹੜੇ ਤਹਿਤ NSA ਨੂੰ ਰੀਜ਼ਨ ਬਣਾਏ ਗਏ ਨੇ ਤਾਂ ਉਹ ਰੀਜ਼ਨ ਕੋਈ ਨਾ ਤਾਂ ਬਹੁਤੇ ਵੱਡੇ ਨੇ ਅਤੇ ਉਹ ਕਈ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਬੇਬੁਨਿਆਦ ਨੇ। ਬਾਕੀ ਫੈਸਲਾ ਖੈਰ ਕੋਰਟ ਨੇ ਕਰਨਾ ਕਿ ਆਖਰ ਇਹ ਕਿੰਨਾ ਕੁ ਜ਼ਿਆਦਾ ਮਾਇਨੇ ਰੱਖਦਾ ਵੀ ਜੋ ਜੋ ਗਰਾਊਂਡ ਨੇ ਜਿਹੜੇ ਬਣਾਏ ਗਏ ਨੇ ਉਹਨਾਂ 'ਚ ਕੋਈ ਰਿਲੀਫ ਹੈ ਜਿਹੜਾ ਉਹ ਮਿਲੂਗਾ, ਜਿਵੇਂ ਕਿ ਬੁੱਕਨਾਲ ਦੇ ਮਾਮਲੇ ਨੂੰ ਲੈ ਕੇ ਵੀ ਕੀਤਾ ਗਿਆ। ਵੀਡੀਓ ਜਰਨਲਿਸਟ ਜਸਦੀਰ ਨਾਸਮੀ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।